ਪੰਜਾਬ ਭਰ ਚ ਭਾਰੀ ਮੀਂਹ ਦਾ ਅਲਰਟ। ਉਫਾਨ ਤੇ ਸਤਲੁਜ, ਰਾਵੀ ਤੇ ਬਿਆਸ ਦਰਿਆ, ਹੜ੍ਹ ਵਰਗੇ ਹਾਲਾਤਾਂ ਨਾਲ ਜਿੱਠਣ ਲਈ NDRF ਨੂੰ ਵੀ ਸੱਦਿਆ ਗਿਆ। ਮੁੱਖ ਮੰਤਰੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼। ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ 'ਚ ਬਣੇ ਹੜ੍ਹ ਵਰਗੇ ਹਾਲਾਤ। ਅਨੰਦਪੁਰ ਸਾਹਿਬ ਤੇ ਰੋਪੜ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ, ਕਈ ਪਿੰਡਾਂ 'ਚ ਵੀ ਦਾਖਲ ਹੋਇਆ ਪਾਣੀ। ਪਠਾਨਕੋਟ ਦੇ ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਵਧਿਆ। ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ। ਡੈਮ 'ਚ ਪਾਣੀ ਦਾ ਪੱਧਰ 520 ਮੀਟਰ ਤੱਕ ਪਹੁੰਚਿਆ, ਖਤਰੇ ਦੇ ਨਿਸ਼ਾਨ ਤੋਂ ਮਹਿਜ 7 ਮੀਟਰ ਹੇਠਾਂ ਪਾਣੀ ਦਾ ਪੱਧਰ। ਸੁਰੱਖਿਆ ਏਜੰਸੀਆਂ ਤੋਂ ਮਿਲ ਰਹੇ ਇਨਪੁਟ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ। ਪਠਾਨਕੋਟ ਸਣੇ ਕਈ ਸਰਹੱਦੀ ਸ਼ਹਿਰਾਂ 'ਚ ਚੌਕਸੀ। ਪਠਾਨਕੋਟ ਨੂੰ ਪੂਰੀ ਤਰ੍ਹਾਂ ਨਾਲ ਕੀਤਾ ਸੀਲ, ਵੱਖ ਵੱਖ ਥਾਵਾਂ ਤੇ 40 ਦੇ ਕਰੀਬ ਲਗਾਏ ਗਏ ਨਾਕੇ। SYL ਮਾਮਲੇ ਤੇ ਸੁਖਬੀਰ ਕੈਪਟਨ ਵਿਚਾਲੇ ਟਵਿੱਟਰ ਵਾਰ। ਮੁੱਖ ਮੰਤਰੀ ਕੈਪਟਨ ਵੱਲੋਂ ਸੁਖਬੀਰ ਬਾਦਲ ਨੂੰ ਜਵਾਬ। ਕੈਪਟਨ ਨੇ ਕਿਹਾ, ਮੇਰੇ ਲਈ ਪੰਜਾਬ ਸਭ ਤੋਂ ਪਹਿਲਾਂ।